ਚਰਚਲ ਹੈ ਜੀ। ਅਮੈਂਡਮੈਂਟ 2019 ਵਾਲੀ ਇਹ ਲਾਗੂ ਹੋ ਗਈ ਹੈ, ਪੰਜਾਬ ਸਰਕਾਰ ਨੇ ਵੀ ਸੈਂਟਰ ਦੇ ਵਿਹਾਰ 'ਤੇ ਲਾਗੂ ਕਰਤੀ। ਅਸੀਂ ਉਹਦੇ ਬਾਰੇ 'ਚ ਆਲਰੇਡੀ ਪਹਿਲਾਂ ਅਸੀਂ ਚਲਾਨ ਤਾਂ ਜਿਵੇਂ ਰੂਟੀਨ 'ਚ ਕਰਦੇ ਹਾਂ, ਚਲਾਨ ਤਾਂ ਉਹੀ ਹੋਣੇ ਆ, ਪਰ ਅਸੀਂ ਨਾਲ ਦੇ ਨਾਲ ਲੋਕਾਂ ਨੂੰ ਅਵੇਅਰ ਕਰਦੇ ਹਾਂ ਕਿ ਜੇ ਨਵਾਂ ਜਿਹੜਾ ਕਾਨੂੰਨ ਹੈ ਇਹਦੇ ਵਿੱਚ ਜੁਰਮਾਨੇ ਉਹ ਕਾਫੀ ਜ਼ਿਆਦਾ ਜਿਹੜੇ ਵੱਧ ਚੁੱਕੇ ਹੈ, ਇਸ ਕਰਕੇ ਪ੍ਰੋਪਰ ਜਿਹੜੇ ਤੁਸੀਂ ਟ੍ਰੈਫਿਕ ਨਿਯਮ ਨੇ ਉਹਨਾਂ ਨੂੰ ਫੋਲੋ ਕਰੋ। ਇਹਨੂੰ ਅਸੀਂ ਰੋਕਣ ਦਾ ਇਸ਼ਾਰਾ ਕੀਤਾ ਸੀਗਾ, ਇਹਨੇ ਸਾਨੂੰ ਰੁਕਣ ਦੀ ਬਜਾਏ ਪੁਲਿਸ ਪਾਰਟੀ ਨੂੰ ਦੇਖ ਕੇ ਇਹਨੇ ਇੱਕ ਤਾਂ ਜੀਪ ਭਜਾ ਕੇ ਇਹਨੇ ਬੜੀ ਡੇਂਜਰਸ ਤਰੀਕੇ ਦੇ ਨਾਲ ਗੱਡੀ ਨੂੰ ਜਿਹੜਾ ਹੈ ਉਹ ਰਾਈਟ ਸਾਈਡ ਪਿੱਛੇ ਬਿਨਾਂ ਦੇਖੇ ਬੈਕ ਕਰਤਾ, ਜਿਹਦੇ 'ਚ ਐਕਸੀਡੈਂਟ ਦਾ ਬੜਾ ਵੱਡਾ ਅੰਦੇਸ਼ਾ ਸੀ। ਜਿਹੜੀ ਪਿਛਲੇ ਪਾਸੇ ਇੱਕ ਸਵਿਫਟ ਕਾਰ ਆ ਰਹੀ ਸੀ ਉਹਦਾ ਵੀ ਬਚਾਅ ਹੋਇਆ, ਜਿਹੜੇ ਇਹਦੇ ਉੱਪਰ ਬੱਚੇ ਬੈਠੇ ਸੀਗੇ ਉਹਨਾਂ ਦਾ ਵੀ, ਬੱਚਿਆਂ ਦਾ ਬਚਾਅ ਹੋਇਆ। ਕਿੰਨਾ ਕੁ ਜੁਰਮਾਨਾ ਜਿਹੜਾ ਹੋ ਸਕਦਾ ਹੈ? ਜੁਰਮਾਨਾ ਜਿਹੜਾ ਨਵੇਂ ਉਹਦੇ ਮੁਤਾਬਕ ਤਾਂ ਇਹਦਾ ਕਾਫੀ ਹੋਊਗਾ, ਮੈਨੂੰ ਲੱਗਦਾ ਵੀ ਕੋਈ 35-40 ਹਜ਼ਾਰ ਦੇ ਕਰੀਬ ਹੋ ਸਕਦਾ, ਜੋ ਨਵੇਂ ਅਮੈਂਡਮੈਂਟ ਦੇ ਮੁਤਾਬਕ ਜੋ ਅਫੈਂਸ ਇਹਦੇ 'ਤੇ ਲਾਗੂ ਹੋਏ ਹੈ ਉਹ ਕੀਤੇ ਸੀ। ਇਹਦਾ ਇੱਕ ਤਾਂ ਇਹਨੇ ਟ੍ਰੈਫਿਕ ਦਾ ਜਿਹੜਾ ਨਿਯਮ ਇਸ਼ਾਰਾ ਸੀ ਉਹਨੂੰ ਤੋੜਿਆ, ਦੂਜਾ ਨਾ ਇਹਦੇ ਕੋਲ ਲਾਇਸੈਂਸ ਹੈ, ਨਾ ਹੀ ਇਹਦੇ ਕੋਲ RC ਹੈ, ਅਤੇ ਨਾ ਹੀ ਗੱਡੀ ਦਾ ਕੋਈ ਇੰਸ਼ੋਰੈਂਸ ਹੈ, ਗੱਡੀ ਦਾ ਕੋਈ ਵੀ ਡਾਕੂਮੈਂਟ ਨਹੀਂ ਸੀਗਾ। ਕਿੰਨੇ ਜਣੇ ਜਿਹੜੇ ਸਵਾਰ ਸੀ? ਇਹਦੇ 7 ਬੱਚੇ ਸੀਗੇ ਨਾਲ, ਇੱਕ ਡਰਾਈਵਰ ਅਤੇ ਇੱਕ 7 ਬੱਚੇ ਨੇ ਇਹਦੇ ਨਾਲ।